ਸਵਾਗਤ ਹੈ ਕਿਸਾਨ ਵੀਰੋ YouTube ਚੈਨਲ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦਾ ਛੋਟਾ ਜਿਹਾ ਵੀਡੀਓ ਬਣਾ ਰਹੇ ਹਾਂ ਹਸਾਰ ਸੀਮਨ ਬੈਂਕ ਐਚ ਐਲ ਡੀ ਬੀ ਸੀਮਨ ਬੈਂਕ ਦੇ ਨਾਮ ਤੋਂ ਜਾਣਦੇ ਆ ਕੁਝ ਸੱਜਣੇ ਨੂੰ ਤੇ ਇਹਦਾ ਆਪਾਂ ਪਹਿਲਾਂ ਵੀ ਪਾਰਟ 1 ਬਣਾਇਆ ਸੀ ਤੇ ਪਾਰਟ ਨੰਬਰ 2 ਬਣਾ ਰਹੇ ਹਾਂ ਜਿਹੜੇ ਨਵੇਂ ਮੋਹਰਾ ਬੁੱਲ ਆਏ ਆ ਕਿਉਂਕਿ ਪੁਰਾਣਿਆਂ ਨੂੰ ਤਕਰੀਬਨ ਸਾਰੇ ਵੀਰਾਂ ਨੇ ਦੇਖਿਆ ਹੀ ਆ سوشل میڈیا ਤੇ ਤੇ ਜਿਹੜੇ ਕੁਝ ਨਵੇਂ ਬੁੱਲ ਆ ਉਹਨਾਂ ਦੇ ਅੱਗੇ ਕੋਸ਼ਿਸ਼ ਕੀਤੀ ਆ ਕਿ ਉਹ ਵੀ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਔਨ ਕਰ ਲਿਓ ਧੰਨਵਾਦ ਅੱਜ ਦੀ ਵੀਡੀਓ ਦਾ ਬੱਲ ਨੰਬਰ 1 PC 1071 PC ਦਾ ਮਤਲਬ ਕਿ ਬੱਲ ਪਰਚੇਸ ਕੀਤਾ ਹੋਇਆ ਖਰੀਦਿਆ ਹੋਇਆ ਇਹਦੀ ਮਾਂ ਦੇ ਦੁੱਧ ਦੀ ਗੱਲ ਕਰੀਏ ਤਾਂ 4453 ਕਿਲੋ ਤੇ ਗੁਰਗਾਓ ਸੀਮਨ ਬੈਂਕ ਦੇ ਵਿੱਚ ਮੌਜੂਦ ਹੈ ਇਸ ਸਮੇਂ ਅੱਗੇ ਆ ਗਿਆ ਜੀ ਬੱਲ ਨੰਬਰ 2 954511 ਇਹਦੀ ਡੇਟ ਆਫ ਬਰਥ ਹੈਗੀ ਆ 28 10 2017 ਮਾਂ ਦਾ ਦੁੱਧ 4585 ਕਿਲੋ ਪਿਓ ਇਹਦਾ ਹੈਗਾ PC257 ਅੱਗੇ ਦੀ ਮਾਂ ਦੀ ਆਈਡੀ ਦੇਖ ਸਕਦੇ ਹੋ ਤੇ ਜਗਰਾਧਰੀ ਸੀਮਨ ਬੈਂਕ 'ਚ ਮੌਜੂਦ ਹੈ ਇਸ ਸਮੇਂ ਬੋਲ ਨੰਬਰ 3 ਇਹਦੀ ਆਈਡੀ ਹੈਗੀ ਹੈ 945278 ਇਹਦੀ ਡੇਟ ਆਫ ਬਰਥ 29/7/2015 ਮਾਂ ਦਾ ਦੁੱਧ 4310 ਕਿਲੋ ਅੱਗੇ ਪਿਓ ਦੀ ਆਈਡੀ ਤੇ ਮਾਂ ਦੀ ਆਈਡੀ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਜਗਰਾਧਰੀ ਸੀਮਨ ਬੈਂਕ ਦੇ ਵਿੱਚ ਸੀਮਨ ਦੇ ਰਿਹਾ ਹੈ ਇਸ ਟਾਈਮ ਇਸ ਤੋਂ ਅਗਲਾ ਮੋਹਰਾ ਬੱਲ 653431 ਦੀ ਆਈਡੀ ਹੈ ਤੇ ਡੇਟ ਆਫ ਬਰਥ ਹੈਗੀ ਆ ਇਹਦੀ 85 2012 ਮਾਂ ਦਾ ਦੁੱਧ 478 ਕਿਲੋ ਪਿਓ ਇਹਦਾ ਹੈਗਾ ਯੂਕ ਅੱਗੇ ਮਾਂ ਦੀ ਆਈਡੀ ਤੁਸੀਂ ਪੜ੍ਹ ਸਕਦੇ ਹੋ ਤੇ ਇਹ ਵੀ ਬੱਲ ਜਗਰਾਧਰੀ ਸੀਮਨ ਬੈਂਕ ਦੇ ਵਿੱਚ ਮੌਜੂਦ ਆ ਹਰਿਆਣਾ ਸਰਕਾਰ ਦੇ ਕੋਲੇ ਇਸ ਤੋਂ ਅੱਗੇ ਬੱਲ ਨੰਬਰ 5 ਮੋਹਰਾ 73056 ਡੇਟ ਆਫ ਬਰਥ 312 2012 ਮਾਂ ਦਾ ਦੁੱਧ 4502 ਕਿਲੋ ਪਿਓ ਇਹਦਾ ST320 ਇਹ ਵੀ ਜਗਰਾਦਰੀ ਸੀਮਨ ਬੈਂਕ ਦੇ ਵਿੱਚ ਮੌਜੂਦ ਆ ਤੇ ਮੋਹਰਾ 509 ਅੱਜ ਦੀ ਵੀਡੀਓ ਦਾ ਲਾਸਟ ਬੋਲ ਆ ਆਪਣੇ ਕੋਲੇ ਇਹਦੀ ਮਾਂ ਦਾ ਦੁੱਧ ਹੈਗਾ 4788 ਕਿਲੋ ਪਿਓ ਹੈਗਾ ਇਹਦਾ 105544 ਮਾਂ ਹੈਗੀ 45M ਇਹ ਵੀ ਜਗਰਾਦਰੀ ਸੀਮਨ ਬੈਂਕ ਦੇ ਵਿੱਚ ਮੌਜੂਦ ਆ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਲੋਕਾਂ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤੇ ਜੇ ਕਿਸੇ ਨੇ ਇਹ ਤੋਂ ਪਹਿਲਾ ਪਾਰਟ ਦੇਖਣਾ ਤਾਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਊਗਾ ਤੇ ਵੀਡੀਓ ਦੇ ਲਾਸਟ ਦੇ ਵਿੱਚ ਵੀ ਮਿਲ ਜਾਊਗਾ ਤੁਹਾਨੂੰ ਧੰਨਵਾਦ